ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੋਰਚਰ ਕਰੋ। ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ, ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13-0 ਦੀਆਂ ਗੱਲਾਂ ਕਰਦੇ ਨੇ। ਏਡਾ ਛੋਟਾ ਦਿਲ ਹੈ, ਏਡਾ ਕਾਇਰ ਬੰਦਾ ਮੈਂ ਸਮਝਦਾ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਗਿਰਾ ਕੇ ਤੇ ਮੈਨੂੰ ਕੋਈ ਟਸ ਤੋਂ ਮਸ ਕਰ ਸਕਦਾ। ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੀ। ਜਦੋਂ ਅਗਲੇ ਮੂਰਖ ਬੰਦੇ ਕੋਲ ਦਲੀਲ ਮੁੱਕ ਜਾਂਦੀ, ਉਹ ਤੁਹਾਡੇ ਗੱਲ ਪੈਂਦਾ ਵਾ, ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ। ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ, ਇਹ ਮੇਰੇ ਤੇ ਹੱਥੋਂ ਪਾਈ ਹੈ, ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੋਰਚਰ ਕਰੋ। ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ, ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13-0 ਦੀਆਂ ਗੱਲਾਂ ਕਰਦੇ ਨੇ। ਏਡਾ ਛੋਟਾ ਦਿਲ ਹੈ, ਏਡਾ ਕਾਇਰ ਬੰਦਾ ਮੈਂ ਸਮਝਦਾ। ਇੱਕ ਤਾਂ ਹੁੰਦਾ ਨਾ, ਇੱਕ ਤਾਂ ਪਹਿਲੀ ਗੱਲ ਹੈ ਕਿ ਮੈਨੂੰ ਇਹ ਜਿਹੜੇ ਮੈਂ 110-15 ਦਿਨ ਜਿਹੜੇ ਕੱਟੇ ਨੇ, ਇਹ ਸੋਲਿਟਰੀ ਕਨਫਾਈਨਮੈਂਟ ਸੀ ਮੇਰਾ। ਮੈਂ ਜੇਲ੍ਹ 'ਚ ਕਿਸੇ ਨੂੰ ਮਿਲ ਨਹੀਂ ਸੀ ਸਕਦਾ, ਮੈਂ ਇਕੱਲਾ ਹੀ ਰਿਹਾ ਉਹਦੇ 'ਚ। ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਿਕ ਦੇ ਵਿੱਚ, ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਾਹ ਰੱਖਦਾ ਸੀਗਾ ਕਿ ਕੀ ਕਰ ਰਹੇ ਨੇ, ਸੈਰ ਕਰਦੇ ਨੇ, ਵਰਜਿਸ਼ ਕਰਦੇ, ਕੀ ਕਰਦੇ ਨੇ, ਉਦਾਸ ਤਾਂ ਨਹੀਂ ਹੈਗੇ। ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਿਕ ਦੇ, ਵਿਚ ਇਜ਼ ਅਨਪ੍ਰੈਸੀਡੈਂਟਿਡ। ਉਹ ਮੇਰੀ ਲਾਈਫ, ਲਿਬਰਟੀ, ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ। ਪਰ ਚਲੋ, ਇਹ ਸਭ ਕੁਛ ਹੋ ਗਿਆ। ਇਹ ਆਪਣੇ ਵੱਲੋਂ ਉਹਨਾਂ ਦਾ ਸੀਗਾ ਕਿ ਇਹਨੂੰ ਮੈਂਟਲ ਟੋਰਚਰ ਕਰੋ। ਪਰ ਮੈਂ ਜਿੱਦਾਂ ਕਿਹਾ ਨਾ, ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਬੇਅੰਤ ਹੈ, ਉਹ ਸੱਚ ਦਾ ਸਾਥ ਦਿੰਦਾ ਵਾ। ਕੂੜ ਨੂੰ ਕੁੱਟੇ ਨਾਨਕਾ, ਉੜਕ ਸੱਚ ਰਹੇ। ਸੱਚ ਨੇ ਸੱਚ ਹੀ ਰਹਿਣਾ, ਉਹਨੂੰ ਜਦੋਂ ਮਰਜ਼ੀ ਦਵਾਈ ਚੱਲੋ। ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਹਾਂ, ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਵਾਂ। ਔਰ ਆਉਣ ਵਾਲੇ ਸਮੇਂ 'ਚ ਮੈਂ, ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਛ ਨਹੀਂ ਬਾਹਰ ਕੀ ਹੋ ਰਿਹਾ, ਮੈਂ ਜਦੋਂ ਬੈਠੂੰਗਾ ਆਪਣੇ ਪਰਿਵਾਰ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ, ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ, ਮਤਲਬ ਸਰਪ੍ਰਾਈਜ਼ਿੰਗਲੀ ਬੀਜੇਪੀ ਵਾਲਿਆਂ ਨੇ, ਅਕਾਲੀ ਦਲ ਵਾਲਿਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ, ਕਿਸਾਨ ਯੂਨੀਅਨਾਂ ਨੇ, ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ, ਜਿਹੜੀ ਮੇਰੀ ਸਪੋਰਟ ਨਾਲ। ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ, ਹਲਕਾ ਭਲੱਥ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ, ਆਪਣੇ NRI ਵੀਰਾਂ ਭਰਾਵਾਂ ਦਾ ਸ਼ੁਕਰਗੁਜ਼ਾਰ। ਬਾਕੀ ਡਿਟੇਲਡ ਗੱਲ ਜਿਹੜੀ ਆ, ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਐਨਾਲਾਈਜ਼ ਕਰਕੇ। ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਮਨੋਬਲ ਗਿਰਾ ਕੇ ਤੇ ਮੈਨੂੰ ਕੋਈ ਟਸ ਤੋਂ ਮਸ ਕਰ ਸਕਦਾ। ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇ। ਮੈਂ ਉਹੀ ਤਾਂ ਕਿਹਾ ਕਿ ਆਈ ਡੋਂਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ, ਉਹ ਤਾਂ ਬੜੀ ਮਾੜੀ ਹਰਕਤ ਕੀਤੀ। ਹੋ ਸਕਦਾ ਕਿ ਮੇਰੋ ਮੈਨੂੰ ਦੇਖ ਕੇ ਉਹ ਸਵਾਦ ਲੈਂਦੇ ਹੋਣਗੇ ਜਿਹੜੇ, ਜਿਹਨਾਂ ਨੇ ਮੈਨੂੰ ਨਜ਼ਰਬੰਦ ਕੀਤਾ। ਬੜਾ ਕੁਛ ਕਹਿਣ ਵਾਲਾ ਮੈਂ ਹੁਣ ਤੁਹਾਨੂੰ 1-2 ਦਿਨ ਬਾਅਦ, ਬਹੁਤ ਕੁਛ ਹੈ ਮੇਰੇ ਕੋਲ। ਮੈਂ ਤੁਹਾਨੂੰ ਦੱਸਿਆ, ਮੈਂ ਤਾਂ ਇੰਨੀ ਦੇਰ ਬੰਦ ਰਿਹਾ, 110 ਦਿਨ ਮੈਨੂੰ ਪਤਾ ਹੀ ਨੀ ਬਾਹਰ। ਮੈਨੂੰ ਨਾ ਪਹਿਲਾਂ ਕੋਈ, ਇੱਕ ਮਿੰਟ ਜੀ, ਮੈਨੂੰ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਵਾ। ਇਹ ਸਾਰੀਆਂ ਗੱਲਾਂ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ, ਜਦੋਂ ਆਪਾਂ ਪਿੰਡ 'ਚ ਕੋਈ, ਫਰਜ਼ ਕਰੋ ਕੋਈ ਤਕਰਾਰ ਹੋ ਗਿਆ, ਕੋਈ ਬਹਿਸ ਪਸਾਈਆ ਹੋ ਗਿਆ, ਜਦੋਂ ਅਗਲੇ ਮੂਰਖ ਬੰਦੇ ਕੋਲ ਦਲੀਲ ਮੁੱਕ ਜਾਂਦੀ, ਉਹ ਤੁਹਾਡੇ ਗੱਲ ਪੈਂਦਾ ਵਾ, ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ। ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ, ਇਹ ਮੇਰੇ ਤੇ ਹੱਥੋਂ ਪਾਈ ਹੈ, ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਵਾ, ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਦੇ ਬਣਾਏ ਨੇ, ਉਹ ਮੈਂ ਸਭ ਨੂੰ ਲੜੂੰਗਾ। ਹਾਂ, ਸ਼ੁਰੂਆਤ ਇਹਨਾਂ ਨੇ ਕੀਤੀ ਹੈ, ਪਰ ਫਿਰ ਮੈਂ ਡਰ ਕੇ ਕਹਿੰਦਾ ਔਰ ਵਾਹਿਗੁਰੂ ਤੋਂ ਬਿਲਕੁਲ ਨਿੰਮ ਕੇ ਕਹਿੰਦਾ ਵਾਂ ਕਿ ਜੋ ਕੁਛ ਵੀ ਝੂਠ ਦਾ ਪਲੰਦਾ ਮੇਰੇ ਖਿਲਾਫ਼ ਘੜਿਆ ਗਿਆ, ਅਲਟੀਮੇਟ ਲੌਜੀਕਲ ਕੰਕਲੂਜਨ ਤਾਂ ਖਤਮ, ਉਸ ਦੀ ਸਪੋਰਟ ਨਾਲ, ਲੋਕਾਂ ਦੀ ਸਪੋਰਟ ਨਾਲ ਮੈਂ ਕਰੂੰਗਾ।